ਸਾਰਿਆਂ ਦਾ ਹੋਊਗਾ ਸਾਹਿਬ ਜੀ ਮੈਂ ਕਹੀ ਜਾਂਦਾ ਕਿ ਸਾਹਿਬ ਸਾਰਿਆਂ ਦਾ ਹੋਊਗਾ ਜਿਹਨੇ ਵੀ ਇੱਕ ਰੁਪਈਆ ਵੀ ਖਜ਼ਾਨੇ ਦੇ ਵਿੱਚੋਂ ਪੰਜਾਬ ਦੇ ਖਜ਼ਾਨੇ ਚੋਂ ਆਪਣੇ ਨਿੱਜੀ ਮਫਾਦਾਂ ਲਈ ਜਾਂ ਆਪਣੇ ਮਿੱਤਰਾਂ ਲਈ ਆਪਣੇ ਦੋਸਤਾਂ ਲਈ ਜਾਂ ਆਪਣੇ ਚਮਚਿਆਂ ਲਈ ਵਰਤਿਆ ਪੰਜਾਬ ਦੇ ਲੋਕਾਂ ਦੀ ਮਿਹਨਤ ਦੀ ਕਮਾਈ ਖੂਨ ਪਸੀਨੇ ਦੀ ਕਮਾਈ ਹਰੇਕ ਦਾ ਹਿਸਾਬ ਹੋਊਗਾ। ਬਹੁਤ ਸਾਰੇ ਡਰੋਨ ਇੱਦਾਂ ਦੇ ਨੇ ਜਿਹੜੇ ਇੱਥੋਂ ਹੀ ਜਾਂਦੇ ਆ, ਇੱਧਰੋਂ ਜਾਂਦੇ ਉੱਧਰੋਂ ਆ ਜਾਂਦੇ ਆ ਭਰ ਕੇ, ਤਾਂ ਫਿਰ ਇੱਧਰਲੇ ਡਰੋਨਾਂ ਦੀ ਕੋਈ ਡਿਸੀਜਨ ਤਾਂ ਹੋਣੀ ਚਾਹੀਦੀ ਹੈ। ਹੋਮ ਮਿਨਿਸਟਰ ਲਿਖਿਆ ਗਿਆ ਕਿ ਵਹੀਕਲਾਂ ਵਾਂਗੂ, ਮੋਟਰਸਾਈਕਲਾਂ ਵਾਂਗੂ, ਕਾਰਾਂ ਵਾਂਗੂ ਡਰੋਨ ਦੀ ਵੀ ਰਜਿਸਟ੍ਰੇਸ਼ਨ ਸ਼ੁਰੂ ਕਰੋ। ਇਹ ਨਾ ਹੋਵੇ ਨਾ ਕਿ ਆਪਣੇ ਹੀ ਡਰੋਨ ਪਾਕਿਸਤਾਨ ਜਾਂਦਾ। ਸਾਨੂੰ ਦੋ ਤਿੰਨ ਇਸ ਤਰ੍ਹਾਂ ਦੀਆਂ ਘਟਨਾਵਾਂ ਮਿਲੀਆਂ ਕਿ ਆਪਣੇ ਹੀ ਡਰੋਨ ਗਿਆ ਉੱਧਰੋਂ ਆ ਗਿਆ, ਅਤੇ ਆਪ ਚਲੋ ਠੀਕ ਹੈ ਪੁਲਿਸ ਨੇ ਫੜ ਲਿਆ, BSF ਨੇ ਫੜ ਲਿਆ, ਪਰ ਗਿਆ ਤਾਂ ਇਧਰਲੇ ਪਾਸੇ ਸੀ, ਪਤਾ ਹੀ ਨਹੀਂ ਲੱਗ ਰਿਹਾ ਕਿਹਦਾ। ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਪੰਜਾਬ ਦੇ ਖਜ਼ਾਨੇ ਨੂੰ ਆਪਣੇ ਸਵਾਰਥਾਂ ਲਈ ਵਰਤਣ ਵਾਲੇ ਲੀਡਰਾਂ ਨੂੰ ਚੇਤਾਵਨੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੁੱਟੇ ਖਜ਼ਾਨੇ ਦਾ ਪੂਰਾ ਹਿਸਾਬ ਲਵਾਂਗੇ, ਕੋਈ ਬਖਸ਼ਿਆ ਨਹੀਂ ਜਾਵੇਗਾ। ਨਾਲ ਹੀ ਉਹਨਾਂ ਨੇ ਕਿਹਾ ਕਿ ਡਰੋਨਾਂ ਦੀ ਵੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ, ਕਿਉਂਕਿ ਇਹ ਹੁਣ ਵਿਆਹਾਂ ਦੇ ਵਿੱਚ, ਕਬੱਡੀ ਟੂਰਨਾਮੈਂਟਾਂ ਦੇ ਉੱਤੇ ਜਾਂ ਫਿਰ ਕ੍ਰਿਕਟ ਮੈਚਾਂ ਦੇ ਦੌਰਾਨ ਵੀ ਵਰਤੇ ਜਾਂਦੇ ਨੇ। ਸਾਰਿਆਂ ਦਾ ਹੋਊਗਾ ਸਾਹਿਬ ਜੀ, ਮੈਂ ਕਹੀ ਜਾਂਦਾ ਕਿ ਸਾਹਿਬ ਸਾਰਿਆਂ ਦਾ ਹੋਊਗਾ ਜਿਹਨੇ ਵੀ ਇੱਕ ਰੁਪਈਆ ਵੀ ਖਜ਼ਾਨੇ ਦੇ ਵਿੱਚੋਂ ਪੰਜਾਬ ਦੇ ਖਜ਼ਾਨੇ ਚੋਂ ਆਪਣੇ ਨਿੱਜੀ ਮਫਾਦਾਂ ਲਈ ਜਾਂ ਆਪਣੇ ਮਿੱਤਰਾਂ ਲਈ, ਆਪਣੇ ਦੋਸਤਾਂ ਲਈ ਜਾਂ ਆਪਣੇ ਚਮਚਿਆਂ ਲਈ ਵਰਤਿਆ ਪੰਜਾਬ ਦੇ ਲੋਕਾਂ ਦੀ ਮਿਹਨਤ ਦੀ ਕਮਾਈ, ਖੂਨ ਪਸੀਨੇ ਦੀ ਕਮਾਈ, ਹਰੇਕ ਦਾ ਹਿਸਾਬ ਹੋਊਗਾ। ਕਿਸੇ 'ਤੇ ਅੱਜ ਹੋ ਜੂ, ਕਿਸੇ 'ਤੇ ਕੱਲ੍ਹ ਹੋ ਜੂ, ਪਰ ਹੋਊਗਾ ਜ਼ਰੂਰ ਜੀ। ਇਸ ਮਾਮਲੇ 'ਚ ਕੋਈ ਮਾਨ ਸਾਹਿਬ, ਪਾਕਿਸਤਾਨ ਦੇ ਦਾ ਬਿਆਨ ਆਇਆ ਸੀ ਕਿ ਡਰੋਨ ਦੇ ਨਾਲ ਅਸੀਂ ਅਸਲਾ ਔਰ ਇੱਥੇ ਡਰੱਗਸ ਭੇਜ ਰਹੇ ਹਾਂ, ਉਹਦੇ ਲਈ ਹੋਮ ਮਿਨਿਸਟਰ ਨੂੰ ਕੋਈ ਲੈਟਰ ਦਿਆ? ਦੇਖੋ ਮੇਰੀ ਇਸ ਮਾਮਲੇ 'ਚ ਹੁੰਦੀ ਰਹਿੰਦੀ ਹੈ ਗੱਲ। ਬਹੁਤ ਸਾਰੇ ਡਰੋਨ ਇੱਦਾਂ ਦੇ ਨੇ ਜਿਹੜੇ ਇੱਥੋਂ ਹੀ ਜਾਂਦੇ ਆ, ਇੱਧਰੋਂ ਜਾਂਦੇ ਉੱਧਰੋਂ ਆ ਜਾਂਦੇ ਆ ਭਰ ਕੇ, ਤਾਂ ਫਿਰ ਇੱਧਰਲੇ ਡਰੋਨਾਂ ਦੀ ਘੱਟੋ ਘੱਟ ਰਜਿਸਟ੍ਰੇਸ਼ਨ ਤਾਂ ਹੋਣੀ ਚਾਹੀਦੀ ਹੈ ਨਾ। ਸੋ ਮੇਰੇ ਵੱਲੋਂ, ਮੇਰੀ ਸਰਕਾਰ ਵੱਲੋਂ ਇਹ ਹੋਮ ਮਿਨਿਸਟਰ ਲਿਖਿਆ ਗਿਆ ਕਿ ਵਹੀਕਲਾਂ ਵਾਂਗੂ, ਮੋਟਰਸਾਈਕਲਾਂ ਵਾਂਗੂ, ਕਾਰਾਂ ਵਾਂਗੂ ਡਰੋਨ ਦੀ ਵੀ ਰਜਿਸਟ੍ਰੇਸ਼ਨ ਸ਼ੁਰੂ ਕਰੋ, ਕਿਉਂਕਿ ਅੱਜ ਕੱਲ੍ਹ ਡਰੋਨ ਹਰ ਜਗ੍ਹਾ 'ਤੇ ਵਰਤਿਆ ਜਾਂਦਾ ਜੀ। ਈਵਨ ਪੱਤਰਕਾਰ ਵੀ ਡਰੋਨ ਵਰਤਣ ਲੱਗ ਗਏ ਹੁਣ ਤਾਂ, ਰੈਲੀ ਦੀ ਕਵਰੇਜ ਕਰਨ ਵਾਸਤੇ ਵਿਆਹਾਂ 'ਚ ਡਰੋਨ ਵਰਤਿਆ ਜਾਂਦਾ, ਕਬੱਡੀ ਟੂਰਨਾਮੈਂਟ 'ਚ ਡਰੋਨ ਵਰਤਿਆ ਜਾਂਦਾ, ਕ੍ਰਿਕਟ ਦੇ ਮੈਚਾਂ 'ਚ ਡਰੋਨ ਵਰਤਿਆ ਜਾਂਦਾ। ਤਾਂ ਫਿਰ ਡਰੋਨ ਘੱਟੋ ਘੱਟ ਰਜਿਸਟਰਡ ਤਾਂ ਹੋ ਗਿਆ, ਕਿੱਥੋਂ ਦਾ, ਤਾਂ ਫਿਰ ਪਤਾ ਤਾਂ ਲੱਗੇ ਨਾ ਉਹਦਾ ਮਾਲਕ ਕੌਣ ਹੈ। ਇਹ ਨਾ ਹੋਵੇ ਨਾ ਕਿ ਆਪਣੇ ਹੀ ਡਰੋਨ ਪਾਕਿਸਤਾਨ ਜਾਂਦਾ। ਸਾਨੂੰ ਦੋ ਤਿੰਨ ਇਸ ਤਰ੍ਹਾਂ ਦੀਆਂ ਘਟਨਾਵਾਂ ਮਿਲੀਆਂ ਕਿ ਆਪਣੇ ਹੀ ਡਰੋਨ ਗਿਆ ਉੱਧਰੋਂ ਆ ਗਿਆ, ਅਤੇ ਆਪ ਚਲੋ ਠੀਕ ਹੈ ਪੁਲਿਸ ਨੇ ਫੜ ਲਿਆ, BSF ਨੇ ਫੜ ਲਿਆ, ਪਰ ਗਿਆ ਤਾਂ ਇਧਰਲੇ ਪਾਸੇ ਸੀ, ਪਤਾ ਹੀ ਲੱਗ ਰਿਹਾ ਕਿਹਦਾ ਉਹ, ਅਤੇ ਜੇ ਕਿਤੇ ਰਜਿਸਟ੍ਰੇਸ਼ਨ ਹੁੰਦੀ ਤਾਂ ਪਤਾ ਲੱਗ ਜਾਂਦਾ ਕਿ ਕਿਹਦਾ ਸੀ। ਸੋ ਇਹ ਜ਼ਰੂਰੀ ਹੈ, ਬਾਰਡਰ ਸਟੇਟ ਹੈ, ਅਸੀਂ ਕੋਈ ਵੀ ਢਿੱਲ ਇਸ ਤਰ੍ਹਾਂ ਦੀ ਨਹੀਂ ਵਰਤਾਂਗੇ ਇਸ ਮਾਮਲੇ 'ਚ ਕਿ ਕੋਈ ਕਿਸੇ ਨੂੰ ਅਸੀਂ ਅਲਾਓ ਕਰ ਦਈਏ ਕਿ ਤੂੰ ਕੋਈ ਜਾਂ ਰਾਜਨੀਤਿਕ ਪੱਧਰ 'ਤੇ ਮੈਂ ਕੋਈ ਕਹਾਂ ਕਿ ਮੈਂ ਨਹੀਂ ਕਹਿਣਾ ਉਹਨਾਂ ਨੂੰ, ਜਦ ਅਸੀਂ ਮਿਲ ਕੇ ਚੱਲ ਰਹੇ ਹਾਂ BSF ਨਾਲ ਮਿਲ ਕੇ ਚੱਲ ਰਹੇ, ਔਰ ਪੰਜਾਬ ਨੂੰ ਨਸ਼ਾ ਮੁਕਤ ਵੀ ਬਣਾਉਣਾ, ਭ੍ਰਿਸ਼ਟਾਚਾਰ ਮੁਕਤ ਵੀ ਬਣਾਉਣਾ, ਔਰ ਪੰਜਾਬ ਨੂੰ ਅਸੀਂ ਕਿਤਾਬਾਂ ਪ੍ਰਮੋਟ ਕਰਨੀਆਂ ਨੇ, ਅਸੀਂ ਲਾਇਬ੍ਰੇਰੀਆਂ ਪ੍ਰਮੋਟ ਕਰਨੀਆਂ ਨੇ, ਅਸੀਂ ਪੰਜਾਬ ਦੇ ਵਿੱਚ ਜਿਹੜਾ ਉਹ ਨੌਜਵਾਨ ਜਿਹੜੇ ਨੇ ਮੁੰਡੇ ਕੁੜੀਆਂ ਉਹਨਾਂ ਨੂੰ ਅਸੀਂ ਉਹਨਾਂ ਦੇ ਹੱਥਾਂ 'ਚ ਨਿਯੁਕਤੀ ਪੱਤਰ, ਉਹਨਾਂ ਦੇ ਹੱਥਾਂ 'ਚ ਵੱਡੇ ਵੱਡੇ ਆਫਿਸਾਂ ਦੀਆਂ ਚਾਬੀਆਂ, ਵੱਡੀਆਂ ਵੱਡੀਆਂ ਗੱਡੀਆਂ ਦੀਆਂ ਚਾਬੀਆਂ ਹੋਣ, ਉਹ ਦਫ਼ਤਰ ਜਾਣ, ਕੰਮ ਕਰਨ, ਪੂਰੀ ਦੁਨੀਆਂ ਜਾਣ, ਜਿੱਥੇ ਮਰਜ਼ੀ ਜਾਣ, ਪਰ ਘੱਟੋ ਘੱਟ ਪੰਜਾਬ ਦਾ ਨਾਮ ਇਸ ਤਰੀਕੇ ਨਾਲ ਰੋਸ਼ਨ ਕਰਨ ਕਿ ਸਾਨੂੰ ਪ੍ਰਾਊਡ ਹੋਵੇ। ਮਾਨ ਸਾਹਿਬ, ਇੱਕ ਚਾਰੇ ਬਿੱਲ ਪਾਸ ਨਹੀਂ ਹੋਏ, ਓਪੋਜੀਸ਼ਨ ਪਾਰਟੀਆਂ ਨੇ ਉਹ ਡਰਾਮਾ ਕਰਨਾ ਪੇਸ਼ਾ ਹੋ ਗਿਆ ਤੁਹਾਡਾ, ਤੁਹਾਡੀ ਵੀਡੀਓ ਪੁਰਾਣੀ ਮੰਤਰੀ ਬਾਦਲ ਨੇ ਟਵੀਟ ਕੀਤੀ ਹੈ ਜੀ। ਨਹੀਂ, ਜਿਸ ਵੇਲੇ ਮੈਨੂੰ ਵਾਈਸ ਪ੍ਰੈਜ਼ੀਡੈਂਟ ਬਣਾਇਆ ਸੀ PPP ਦਾ, ਫਿਰ ਉਸ ਵੇਲੇ ਮੈਂ ਕੀ ਕੰਮ ਕਰਦਾ ਸੀ? ਫਿਰ ਉਹ ਕਹਿੰਦੇ ਡਰਾਮਾ ਕਰਨਾ ਤੁਹਾਡਾ ਪੇਸ਼ਾ ਹੈ, ਕਿ ਇੱਕ ਆਰਟਿਸਟ ਹੋਣਾ ਕੋਈ ਕੋਈ ਗਲਤ ਗੱਲ ਹੈ ਜੀ? ਇੱਕ ਮਿੰਟ ਦੱਸੋ, ਮੈਂ ਆਰਟਿਸਟ ਸੀ, ਮੈਂ ਅੱਜ ਵੀ ਆਰਟਿਸਟ ਦੇ ਤੌਰ 'ਤੇ ਕਈ ਵਾਰੀ ਮੈਥੋਂ ਕੁਛ ਸੁਣ ਵੀ ਲੈਂਦੇ ਆ TV ਵਾਲੇ, ਕੋਈ ਕਮੀਆਂ ਦਾ ਵਿਹੜਾ ਜਾਂ ਕੋਈ, ਕਿ ਮਤਲਬ ਮੈਂ ਕੋਈ ਇਹੋ ਜਿਹਾ ਕਿਹੜਾ ਡਰਾਮਾ ਕਰਤਾ? ਜਦੋਂ ਮੈਂ ਆਪਣਾ ਕਰੀਅਰ ਛੱਡ ਕੇ ਆਇਆ ਸੀਗਾ ਤਾਂ ਉਹੀ ਮਨਪ੍ਰੀਤ ਬਾਦਲ ਕਹਿੰਦੇ ਸੀ ਬਹੁਤ ਕਮਾਲ ਕੀਤੀ ਹੈ, ਅਤੇ ਮੈਂ ਫਿਰ ਕਹਿੰਦਾ ਟੋਲ ਪਲਾਜ਼ਿਆਂ 'ਤੇ ਪੈਸੇ ਤਾਂ ਦਿੰਦੇ ਰਹੇ ਜਨਾਬ ਜੀ, ਪਰ ਇਹ ਤਾਂ ਚੈੱਕ ਨਹੀਂ ਕੀਤਾ ਨਾ ਕਿ ਟੋਲ ਪਲਾਜ਼ਾ ਲੀਗਲ ਹੈ ਜਾਂ ਇਲੀਗਲ ਹੈ, ਅਤੇ ਮੈਂ ਬੰਦ ਕਰ ਰਿਹਾ ਉਹਨਾਂ ਟੋਲ ਪਲਾਜ਼ਿਆਂ ਨੂੰ। ਹੁਣ ਟੋਲ ਪਲਾਜ਼ੇ ਦੇ ਪੈਸੇ ਦੇਣਾ ਕਿੱਡੀ ਕੁ ਪ੍ਰਾਪਤੀ ਹੈ ਜੀ? ਆਪਣੀ ਗੱਡੀ ਆਪ ਚਲਾਉਣਾ ਕਿੱਡੀ ਕੁ ਪ੍ਰਾਪਤੀ ਹੈ ਜੀ? ਕੌਣ ਜੀ? ਇਹ ਲੋਕ ਦੱਸਣਗੇ ਜੀ ਡਰਾਮੇ, 64,000 ਵੋਟਾਂ 'ਤੇ ਹਾਰੇ ਆ ਜੀ ਬਠਿੰਡੇ ਤੋਂ, ਇਹਦਾ ਮਤਲਬ ਇਹ ਹੈ ਕਿ ਦੂਜੇ ਪਾਸੇ ਵੋਟ ਹੀ ਨਹੀਂ ਪਈ। ਸੋ ਇਸ ਕਰਕੇ ਕਿਰਪਾ ਕਰਕੇ ਮਨਪ੍ਰੀਤ ਬਾਦਲ ਜੀ ਘੱਟੋ ਘੱਟ ਇਹ ਨਾ ਬੋਲਣ, ਕਿਉਂਕਿ ਮੇਰੇ ਕੋਲ ਸਭ ਕੁਛ ਹੈ ਜੀ,
मैं जो जो भी मनप्रीत ने जो जो तो कराया है वो सारे साल दस दी कि अज पंजाब मुख्य अध्यापकों के पहले बैच में विशेष सिखलाई लई अहमदाबाद लई रवाना किया गया जिथे मुख्यमंत्री भगवंत मान ने पत्रकारों के नाल गलबात की। हुण वेखना होवे कि पंजाब सरकार की पंजाब के खजाने के इशारे आर्थिक संकट की भरपाई कदों तक करती है जां फिर यह स्थिति पिछली सरकारों के वांग ज्यों दी त्यों रहेगी। ब्यूरो रिपोर्ट D5 चैनल पंजाबी। D5 चैनल पंजाबी ते होवेगी पक्ष दे मुद्दियां दी गल। सियासी पार्टियां नू करांगे सवाल ताकि लोक मसले होण हल। D5 चैनल पंजाबी ते पंजाब डिबेट सोमवार तो शुक्रवार तक शामी 6 बजे तो 7 बजे तक वेखना ना भुलना पंजाब डिबेट। निडर हां निरपक्ष रहांगे आजाद हां सच कहांगे गल करांगे सियासी हवा दी होणगे हुकमराना नू सिद्धे सवाल। सब तो पहला पहुंचावांगे तुहाडे तक सिर्फ सच्ची खबर दसांगे कौन कर रहा है थोड़े ते सबर विदेशां च बैठे पंजाबियां दे हक दी करांगे गल कनेडा दी हर सियासी खबर लेके आवांगे तुहाडे वल उभरांगे पंजाब दी आवाज बन होणगे हर पहलू ते रोज चर्चे खोलांगे अंदरूनी राज बणांगे बुलंद आवाज खेड सिक्ख्या सेहत खेती दी बात पावांगे हर पिंड हर शहर जावांगे मनोरंजन नाल जुड़े कलाकारां नाल करवावांगे मुलाकात संघर्षां वाली जिंदगी ते मारांगे चाल की ने साडे कानून फर्ज ते अधिकार की करदी है साडी सरकार की है तुहाडी मुश्किल दा हल। D5 चैनल पंजाबी दी कचहरी च होवेगी सिर्फ लोकां दी गल धर्म धरोहर सेहत और संस्कृति की होगी बात। अब D5 चैनल हिंदी भी होगा सर। D5 चैनल पंजाबी अपनी धरती अपने लोग। सत श्री अकाल जी मैं हाँ कुलराज रंधावा ते तुसी वेख रहे हो D5 चैनल पंजाबी जिहड़ा लॉन्च हो चुका है हुण कैनेडा विच।